ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਸਾਡੇ ਨਾਲ ਪੰਜਾਬ ਇਕਤਾ ਪਾਰਟੀ ਦੇ ਮੋਰੀ ਸੁਖਪਾਲ ਖੈਰਾਹੋਰੀ ਮੌਜੂਦ ਨੇ ਖੈਰਾ ਸਾਹਿਬ ਅੱਜ ਬਕਾਇਦਾ ਤੁਸੀਂ ਵਪਾਰ ਵਿੰਗ ਦਾ ਜਿਹੜਾ ਉਹ ਗਠਨ ਕਰ ਦਿੱਤਾ ਉਹਦੇ ਪ੍ਰਧਾਨ ਵੀ ਥਾਪ ਦਿੱਤੇ ਨੇ ਕੀ ਪਲਾਨਿੰਗ ਹੈ ਕਿਸ ਤਰੀਕੇ ਨਾਲ ਇਸ ਵਪਾਰ ਮੰਡਲ ਦੇ ਜ਼ਰੀਏ ਜਿਹੜਾ ਉਹ ਇੱਕ ਵਪਾਰੀ ਵਰਗ ਦੇ ਵਿੱਚ ਪਕੜ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਇਸ ਤਰ੍ਹਾਂ ਸੀ ਕਿ ਅਸੀਂ ਆਪਣਾ ਇੱਕ ਅੱਜ ਟਰੇਡ ਵਿੰਗ ਵਪਾਰ ਵਿੰਗ ਸਥਾਪਿਤ ਕੀਤਾ ਵਾ ਤਾਂ ਕਿ ਸਾਡਾ ਤਾਲਮੇਲ ਜਿਹੜਾ ਸ਼ਹਿਰੀ ਲੋਕਾਂ ਦੇ ਨਾਲ ਵਪਾਰੀਆਂ ਨਾਲ ਦੁਕਾਨਦਾਰਾਂ ਨਾਲ ਇੰਡਸਟਰੀਅਲਿਸਟਾਂ ਦੇ ਨਾਲ ਇਹ ਤੈਅ ਕੀਤਾ ਜਾਵੇ ਅਸ਼ਵਨੀ ਪਟੇਜਾ ਜੀ ਜਿਹੜੇ ਕੋਟਕਪੂਰੇ ਦੇ ਰਹਿਣ ਵਾਲੇ ਨੇ origianlly ਅਸੀਂ ਉਹਨਾਂ ਨੂੰ ਇਹ ਡਿਊਟੀ ਦਿੱਤੀ ਆ ਔਰ ਨਾਲ ਇਹ ਵੀ ਇੱਕ ਕਾਲ ਦਿੱਤੀ ਆ ਕਿ ਜਿਹੜੇ ਲੋਕ ਪੰਜਾਬ ਛੱਡ ਗਏ ਸੀਗੇ ਉਸ ਵਕਤ ਮਾੜੇ ਦੌਰ ਵਿੱਚ ਕਾਲੇ ਦਿਨਾਂ ਦੇ ਵਿੱਚ ਜੋ ਅੱਸੀ ਦੇ ਦਹਾਕੇ ਦੇ ਵਿੱਚ ਕਿਸੇ ਵੀ ਪਾਰਟੀ ਨੇ ਉਹਨਾਂ ਨੂੰ ਕੋਈ ਮੁੜ ਵਸੇਵੇ ਵਾਸਤੇ ਸੱਦਾ ਨਹੀਂ ਦਿੱਤਾ ਕੋਈ ਪਾਲਿਸੀ ਨਹੀਂ ਬਣਾਈ ਸਾਡੀ ਪਾਰਟੀ ਉਹਨਾਂ ਵਾਸਤੇ ਮੋਢ ਵਸੇਵੇ ਵਾਸਤੇ ਰੀਹੈਬਿਲੀਟੇਸ਼ਨ ਦੀ ਪਾਲਿਸੀ ਵੀ ਬਣਾਵੇਗੀ ਔਰ ਜੋ ਪੰਜਾਬ ਦੇ ਵਿੱਚ ਵਪਾਰ ਨਾਲ ਡਿਸਕ੍ਰਿਮੀਨੇਸ਼ਨ ਹੋਈ ਆ ਜੋ ਪਹਾੜੀ ਸੂਬਿਆਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਪਹਿਲਾਂ वाजਪਾਈ ਸਾਹਿਬ ਦੀ ਸਰਕਾਰ ਜਦੋਂ ਸੁਖਬੀਰ ਬਾਦਲ ਮੰਤਰੀ ਸੀ ਫਿਰ ਡਾਕਟਰ ਮਨਮੋਨ ਸਿੰਘ ਦੀ ਸਰਕਾਰ ਤੇ ਹੁਣ ਮੋਦੀ ਸਾਹਿਬ ਦੀ ਸਰਕਾਰ ਨੇ ਉਹਦੇ ਕਰਕੇ ਪੰਜਾਬ ਦਾ ਵਪਾਰ ਛੋਟਾ ਤੇ ਦਰਮਿਆਨਾ ਬਹੁਤ ਨੁਕਸਾਨ ਹੋਇਆ ਉਸ ਨੂੰ ਕਿੱਦਾਂ ਦੁਬਾਰਾ ਪੈਰਾਂ ਤੇ ਲੈ ਕੇ ਆਉਣਾ ਇਹ ਸਾਰੀਆਂ ਗੱਲਾਂ ਦੀ ਨੀਤੀ ਬਣਾਉਣ ਵਾਸਤੇ ਅਸੀਂ ਆਪਣਾ ਵਪਾਰ ਵਿੰਗ ਕਾਇਮ ਕੀਤਾ ਹੈ ਪਰਵਿੰਕੈਂਪ ਕੀਤਾ ਇਸ ਵੇਲੇ ਜੇ ਗੱਲ ਕਰ ਲਈਏ ਪਾਰਟੀ ਦੀ ਤਾਂ ਪਾਰਟੀ ਵੱਲੋਂ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ कौर ਖਾਲੜਾ ਨੂੰ ਉਮੀਦਵਾਰ ਬਣਾਇਆ ਗਿਆ ਬੀਬੀ ਜਗੀਰਕੌਰ ਦੀ ਗੱਲ ਕਰਦੇ ਆ ਤੁਹਾਡੇ ਬਹੁਤ ਪੁਰਾਣੇ ਸਿਆਸੀ ਵਿਰੋਧੀ ਰਹੇ ਆ ਪਹਿਲਾਂ ਪੁਲੱਥ ਦੇ ਵਿੱਚ ਆਮਾ ਸਾਹਮਣਾ ਹੁੰਦਾ ਸੀਗਾ ਤੇ ਹੁਣ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਪੱਖ ਦੇ ਵਿੱਚ ਪ੍ਰਚਾਰ ਕਰਨ ਜਾਓਗੇ ਉੱਥੇ ਫੇਰ ਦੁਬਾਰਾ ਸਾਹਮਣਾ ਹੋਏਗਾ ਦੁਬਾਰਾ ਫੇਰ ਉਹ ਸਾਹਮਣਾ ਹੋ ਰਿਹਾ ਉਹੀ ਸਿਆਸੀ ਵਿਰੋਧੀ ਸਾਹਮਣੇ ਨਜ਼ਰ ਆ ਰਿਹਾ ਕਿੱਦਾਂ ਦਾ ਲੱਗਦਾ ਨਹੀਂ ਮੇਰਾ ਖਿਆਲ ਜਗੀਰਕੌਰ ਖਡੂਰ ਸਾਹਿਬ ਵਿੱਚ ਬਹੁਤ ਬੁਰੀ ਤਰ੍ਹਾਂ ਪਿੱਟਣਗੇ ਜ਼ਮਾਨਤ ਜਬਤ ਹੋਊਗੀ ਕਿਉਂਕਿ ਇਹਨਾਂ ਦਾ ਕੋਈ ਕਿਰਦਾਰ ਨਹੀਂਗਾ ਇਹਨਾਂ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਲੱਗੇ ਸਜ਼ਾ ਹੋਈ ਚਾਹੇ ਕਿ ਇਹ ਹੁਣ ਥੋੜੀ ਦੇਰ ਵਾਸਤੇ ਭਰੀ ਹੋ ਗਿਆ ਹਲੇ ਸੁਪਰੀਮ ਕੋਰਟ ਦੀ ਅਦਾਲਤ ਬੈਠੀ ਹੈ ਉਸ ਵਾਹਿਗੁਰੂ ਦੀ ਔਰ ਜਿਹੜਾ ਇਹਨਾਂ ਨੇ बतौर ਐਸਜੀਪੀਸੀ ਪ੍ਰੈਜ਼ੀਡੈਂਟ ਰੋਲ ਸੀਗਾ ਉਹ ਸੁਖਬੀਰ ਬਾਦਲ ਦੇ ਇੱਕ ਟੀਵੀ ਚੈਨਲ ਨੂੰ ਸਾਰੇ ਗੁਰਬਾਣੀ ਦੇ ਅਧਿਕਾਰ ਦੇ ਦਿੱਤੇ ਉਦਾਂ ਹੀ ਬਿਨਾਂ ਹੀ ਕਿਸੇ ਕੀਮਤ ਤੋਂ ਦੇ ਦਿੱਤੇ ਅੱਜ ਦਰਬਾਰ ਸਾਹਿਬ ਚੋਂ ਗੁਰਬਾਣੀ ਜਿਹੜੀ ਰਿਲੇ ਹੁੰਦੀ ਆ ਅਗਰ ਐਸਜੀਪੀਸੀ ਉਹਨਾਂ ਰਾਈਟਸ ਦੀ ਕੋਈ ਕੰਪੀਟੀਸ਼ਨ ਕਰਾਵੇ ਕੋਈ ਟੈਂਡਰ ਪਵਾਵੇ ਮੇਰਾ ਮੰਨਣਾ ਕਿ 100 ਕਰੋੜ ਰੁਪਏ ਤੋਂ ਜ਼ਿਆਦਾ ਆਮਦਨ ਦਰਬਾਰ ਸਾਹਿਬ ਨੂੰ ਹੋ ਸਕਦੀ ਆ ਸੋ ਲੋਕਾਂ ਨੂੰ ਪਤਾ ਵਾ ਕਿ ਅਗਰ ਇਸ ਨੂੰ ਅਲੈਕ ਕੀਤਾ ਇਹ ਸਾਡੀ ਸਾਰੀ ਜਿਹੜੀ ਆ ਜੋ ਸਾਡਾ ਮੰਡੇਟ ਹੋਵੇਗਾ ਇਹ ਸੁਖਬੀਰ ਬਾਦਲ ਦੇ ਚਰਨਾਂ ਵਿੱਚ ਰੱਖ ਦੇਵੇਗੀ ਜਾ ਕੇ ਔਰ ਇਹ ਉਹ ਲੋਕ ਨੇ ਜਿਹੜੇ ਬੇਅਦਬੀ ਤੇ ਨਹੀਂ ਬੋਲੇ ਬੀਬੀ ਜਗੀਰਕੌਰ ਉਹਦਾ ਪਹਿਰਾਵਾ ਭਾਵਾਂ ਪੰਥਕ ਨਜ਼ਰ ਆਉਂਦਾ ਲੇਕਿਨ ਸੋਚ ਐਂਟੀ ਪੰਥਕ ਆ ਬਾਈਬਲ ਕਲਾਮ ਵਿੱਚ ਦੋ ਸਿੱਖ ਨੌਜਵਾਨ ਮਾਰੇ ਗਏ ਜਗੀਰਕੌਰ ਨੇ ਇੱਕ ਸ਼ਬਦ ਨਹੀਂ ਅੱਜ ਤੱਕ ਆਦਾ ਨਾਰਾ ਮਾਰਿਆ ਉਹਦੇ ਉਹਦੇ ਮੁਕਾਬਲੇ ਤੇ ਸਾਡੀ ਜਿਹੜੀ ਉਮੀਦਵਾਰਾ ਬੀਬੀ ਪਰਮਜੀਤ ਕੌਰ ਖਾਲੜਾ ਨਾ ਸਿਰਫ ਪੋਸਟ ਗ੍ਰੈਜੂਏਟ ਹੈ ਪਰ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਉਹਨਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਨੂੰ 1985 ਚ ਪੁਲਿਸ ਨੇ ਮ ਉਨੇ ਹੱਥ ਨਹੀਂ ਛੱਡਿਆ ਉਹਨੇ ਕਈ ਦਹਾਕੇ ਲੜਾਈ ਲੜ ਕੇ ਚਾਰ ਪੁਲਿਸ ਵਾਲਿਆਂ ਨੂੰ ਕੈਦ ਕਰਾਈ 25000 ਤੋਂ ਜ਼ਿਆਦਾ ਲਾवारिस ਲਾਸ਼ਾਂ ਜਿੰਨੀਆਂ ਅਸੀਂ ਉਹਦਾ ਡਾਟਾ ਇਕੱਠਾ ਕੀਤਾ ਔਰ ਲੋਕਾਂ ਦੇ ਜਜ਼ਬਾਤਾਂ ਦੀ ਪੂਰਤੀ ਕੀਤੀ ਉਹਨਾਂ ਨੂੰ ਮਰਮ ਲਾਈ ਉਹਨਾਂ ਨੂੰ ਮੁਹਾਵਜ਼ਾ ਲੈ ਕੇ ਦਿੱਤਾ ਸੋ ਮੈਂ ਸਮਝਦਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਤੇ ਬੀਬੀ ਜਗੀਰਕੌਰ ਦਾ ਜ਼ਮੀਨ ਅਸਮਾਨ ਦਾ ਅੰਤਰ ਹੈ ਅੱਛਾ ਇੱਕ ਚੀਜ਼ ਇਹ ਵੀ ਕਹਿੰਦੇ ਸੀ ਕਿ ਜਦੋਂ ਤੁਹਾਡੇ ਬਠਿੰਡਾ ਤੋਂ ਚੋਣ ਲੜਨ ਦੀ ਚਰਚਾ ਚੱਲੀ ਸੀ ਤੇ ਬੀਬੀ ਜ਼ਗੀਰਕੌਰ ਦਾ ਕਹਿਣਾ ਸੀਗਾ ਕਿ ਪੁਲੱਥ ਛੱਡ ਕੇ ਬਠਿੰਡੇ ਜਿਹੜੇ ਚੱਲ ਗਿਆ ਦੌੜ ਗਿਆ ਤੇ ਹੁਣ ਉਹ ਵੀ ਪੁਲੱਥ ਛੱਡ ਕੇ ਉਧਰ ਖਡੂਰ ਸਾਹਿਬ ਚਲੇ ਗਿਆ ਬੀਬੀ ਨਾਲ ਕਈ ਵਾਰ ਉਹਨੂੰ ਡੈਮੈਂਸ਼ੀਆ ਹੋ ਜਾਂਦਾ ਕਈ ਗੱਲਾਂ ਭੁੱਲ ਜਾਂਦੀ ਆ ਜਦੋਂ ਕਿਸੇ ਦੇ ਇਲਜ਼ਾਮ ਲਾਉਂਦੇ ਇਦਾਂ ਦੀਆਂ ਗੱਲਾਂ ਕਰ ਲੈਂਦੀ ਹੁਣ ਆਪ ਭੱਜ ਗਈ ਉੱਥੋਂ ਪਰ ਮੈਂ ਕਿਉਂ ਕਹੂੰਗਾ ਕਿ ਉਹ ਭੱਜ ਗਈ ਆ ਮੈਂ ਕਹੂੰ ਕਿ ਉਧਰੋਂ ਵੀ ਹਾਰ ਕੇ ਆਵੇ ਤਾਂ ਅਗਲੀ ਵਾਰੀ ਪੁਲੱਥ ਤੋਂ ਵੀ ਹਰਾਵਾਂਗੇ ਜੀ ਇੱਕ ਚੀਜ਼ ਹੋ ਰਿਹਾ ਅੱਜ ਬੱਬੀ ਲੱਗਦਾ ਹੈ ਕਿ ਅਕਾਲੀ ਦਲ ਨੂੰ ਖੋਰਾ ਲੱਗਣਾ ਵੱਡੇ ਪੱਧਰ ਤੇ ਸ਼ੁਰੂ ਹੋ ਗਿਆ ਹੈ ਬਿਲਕੁਲ ਮੈਂ ਸਮਝਦਾ ਹਾਂ ਕਿ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਸੁਖਬੀਰ ਬਾਦਲ ਦਾ ਬਹੁਤ ਬੁਰੀ ਤਰ੍ਹਾਂ ਨਾਲ ਲੋਕ ਇਹਦੀ ਪਾਰਟੀ ਛੱਡ ਕੇ ਜਾਣਗੇ ਸਿਰਫ ਉਹ ਲੋਕ ਰਹਿ ਜਾਣਗੇ ਜਿਨ੍ਹਾਂ ਨੇ ਸੁਖਬੀਰ ਬਾਦਲ ਦੇ 10 ਸਾਲ ਦੇ ਰਾਜ ਵਿੱਚ ਮਾਈਨਿੰਗ ਮਾਫੀਆ ਚ ਪੈਸੇ ਕਮਾਏ ਸ਼ਰਾਬ ਦੇ ਪੈਸੇ ਕਮਾਏ ਰੀਅਲ ਏਸਟੇਟ ਚੋਂ ਪੈਸੇ ਕਮਾਏ ਕੇਬਲ ਚੋਂ ਪੈਸੇ ਕਮਾਏ ਜਿਨ੍ਹਾਂ ਲੋਕਾਂ ਨੇ ਧੰਦਾ ਕੀਤਾ ਜਿਹੜੇ ਡਿੰਪੀ ਨੂਨੀ ਰਾਜੂ ਨਵੇਂ ਅਕਾਲੀ ਉਹ ਰਹਿ ਜਾਣਗੇ ਪਰ ਇਹਦਾ ਅਲਟੀਮੇਟਲੀ ਥੱਲਿਓ ਨੁਕਸਾਨ ਬਹੁਤ ਭਾਰੀ ਹੋਊਗਾ ভোটার ਪਹਿਲੇ ਛੱਡ ਚੁੱਕਾ ਵਾ ਜਿਹੜਾ ਕੇਡਰ ਆ ਰਹਿਂਦਾ ਖੁੰਦਾ ਉਹ ਤੁਸੀਂ ਆਉਣ ਵਾਲੇ ਦਿਨਾਂ ਦੇਖੋਗੇ ਖੇਰੂ ਖੇਰੂ ਹੋ ਜਾਣਗੇ ਉਹਦਾ ਕਾਰਨ ਆ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਆਈਡੀਓਲੋਜੀ ਨੂੰ ਤਲੰਜਲੀ ਦੇ ਚੁੱਕੇ ਨੂੰ ਪਿੱਠ ਦਿਖਾ ਚੁੱਕੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਰਾਦਰ ਕਰਨ ਵਾਲਿਆਂ ਦੀ ਸਪੋਰਟ ਕਰਦੇ ਰਹੇ ਨੇ ਬਾਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪੁਲਿਸ ਵਾਲਿਆਂ ਨੂੰ ਬਚਾਉਂਦੇ ਰਹੇ ਨੇ ਸੋ ਪੰਜਾਬ ਦੇ ਲੋਕ ਜਾਗ ਚੁੱਕੇ ਨੇ ਸਿੱਖਾਂ ਨੇ ਪਛਾਣ ਲਿਆ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਮਖੌਟਾ ਅਕਾਲੀਆਂ ਦਾ ਵਾ ਅਸਲ ਵਿੱਚ ਐਂਟੀ ਸਿੱਖ ਨੇ ਇਸ ਕਰਕੇ ਨਾ ਤਾਂ ਬਹੁਤ ਵੱਡਾ ਘਾਣ ਆਉਣ ਵਾਲੇ ਦਿਨਾਂ 'ਚ ਹੋਣ ਵਾਲਾ ਵਾ ਇੱਕ ਇੱਕ ਕਿਉਂ ਹੋ ਰਿਹਾ ਹੈ ਕਿ ਇੱਕ ਪਾਸੇ ਤਾਂ ਤਕਰੀਬਨ ਬਹੁਤੀਆਂ ਪਾਰਟੀਆਂ ਇਹ ਕਹਿੰਦੀਆਂ ਨੇ ਕਿ ਅਕਾਲੀ ਦਲ ਤੇ ਬਾਦਲ ਪਰਿਵਾਰ ਦਾ ਕਬਜ਼ਾ ਸੀਗਾ ਤੇ ਉਹ ਕਬਜ਼ਾ ਹਟਣਾ ਚਾਹੀਦਾ ਪਰ ਹੁਣ ਅਸੀਂ ਦੇਖਦੇ ਹਰ ਪਾਰਟੀ ਦੇ ਵਿੱਚ ਹੀ ਬਾਦਲ ਜਿਹੜੇ ਉਹ ਸ਼ਾਮਲ ਹੋ ਰਹੇ ਕਾਂਗਰਸ ਦੇ ਵਿੱਚ ਮਨਪ੍ਰੀਤ ਬਾਦਲ ਹੁਰੀ ਚੱਲ ਗਿਆ ਟਕਸਾਲੀ ਅਕਾਲੀ ਦਲ ਦੇ ਵਿੱਚ ਹੁਣ ਬੱਬੀ ਬਾਦਲ ਹੁਰੀ ਚੱਲ ਗਿਆ ਇਹਦਾ ਮਤਲਬ ਤੇ ਸਾਰੀਆਂ ਸਿਆਸੀ ਪਾਰਟੀਆਂ ਦਾ ਹੁਣ ਹੋਈ ਬਾਦਲੀ ਕਰਨ ਜਾ ਰਿਹਾ ਦੇਖੋ ਜਿਹੜਾ ਅੱਜ ਦੀ ਡੇਟ ਵਿੱਚ ਬਾਦਲ ਨਾਮ ਹੈ ਨਾ ਉਹ ਬਹੁਤ ਪੂਰੀ ਤਰ੍ਹਾਂ ਬਦਨਾਮ ਹੈ ਜੀ ਇੱਕ ਵਾਰ ਮਨਪ੍ਰੀਤ ਬਾਦਲ ਨੂੰ ਲੋਕਾਂ ਨੇ ਬਹੁਤ ਸੁਝਾਅ ਦਿੱਤਾ ਸੀਗਾ ਕਿ ਤੁਸੀਂ ਬਾਦਲ ਨਾਮ ਡ੍ਰੌਪ ਕਰ ਦਿਓ ਮਨਪ੍ਰੀਤ ਸਿੰਘ ਢਿੱਲੋਂ ਲਿਖਣ ਜਾਂ ਲੱਗ ਜਾਓ ਸ਼ਾਇਦ ਤੁਹਾਨੂੰ ਲੋਕੀ ਐਕਸੈਪਟ ਕਰ ਲੈਣਗੇ ਤੁਸੀਂ ਦੇਖਿਆ ਕਿ ਪੀਪੀਪੀ ਦਾ ਹਸ਼ਰ ਕੀ ਹੋਇਆ ਕਿਉਂਕਿ ਜਿੱਥੇ ਵੀ ਬਾਦਲ ਦਾ ਟੈਗ ਜਾਵੇਗਾ ਨਾਲ ਹੀ ਲੋਕੀ ਜਿਹੜੇ ਨੇ ਉਸ ਨੂੰ ਦਰਕਿਨਾਰ ਕਰ ਦਿੰਦੇ ਨੇ ਜੀ ਤੇ ਤੁਹਾਡੀ ਚੋਣ ਬਠਿੰਡ ਤੋਂ ਲਗਭਗ ਤੈਅ ਹੋ ਚੁੱਕੀ ਸੀਗੀ ਤੇ ਦੇਰੀ ਕਿਸ ਗੱਲ ਦੀ ਆ ਹੁਣ ਨਹੀਂ ਕੋਈ ਦੇਰੀ ਨਹੀਂ ਗਈ ਅਸੀਂ ਅ ਕੋਈ ਕਿ ਮੈਨੂੰ ਉਥੋਂ ਇਨਫੋਰਮੇਸ਼ਨ ਜਿਹੜੀ ਪੁਖਤਾ ਇਨਫੋਰਮੇਸ਼ਨ ਆਈ ਕਿ ਹਰਸ਼ਮਰਿਤ ਕੌਰ ਬਾਦਲ ਪਟਿੰਡਾ ਭੱਜ ਤੋਂ ਛੱਡ ਕੇ ਚੋਣ ਮਿਸ਼ਾਨ ਭੱਜ ਰਹੀ ਆ ਉਸ ਨੂੰ ਕਲੈਰੀਫਾਈ ਕਰਨਾ ਚਾਹੀਦਾ ਵਾ ਕਿ ਉਹਨੇ ਬਠਿੰਡਾ ਲੜਨੀ ਆ ਕਿ ਨਹੀਂ ਲੜਨੀ ਸੋ ਸਾਡਾ ਜਿਹੜਾ ਮਕਸਦ ਹੈਗਾ ਮੇਰਾ ਇਹ ਮਕਸਦ ਐਮਪੀ ਬਣਨਾ ਘਟਿਆ ਪਰ ਕਰਪਸ਼ਨ ਦੀ ਲੇਗਸੀ ਜਿਹੜੇ ਛੱਡ ਕੇ ਗਏ ਨੇ ਬਾਦਲ ਦਾ ਪਰਿਵਾਰ ਜੋ ਇਹ ਮੁਜੱਸਮਾ ਨੇ ਭ੍ਰਿਸ਼ਟਾਚਾਰ ਦਾ ਇਹਨਾਂ ਨੂੰ ਚੁਣੌਤੀ ਦੇਣਾ ਬਹੁਤ ਜ਼ਰੂਰੀ ਆ ਸੋ ਆਉਣ ਵਾਲੇ ਦਿਨਾਂ 'ਚ ਸਾਡੀ ਪਾਰਟੀ ਦੇ ਪਲੇਟਫਾਰਮ ਤੋਂ ਔਰ ਆਪਣੇ ਗੱਠ ਚੋੜਨਾ مشਵਰਾ ਕਰਕੇ ਅਸੀਂ ਅਗਰ ਮੈਨੂੰ ਇਲੈਕਸ਼ਨ ਉਹਨਾਂ ਨੇ ਕਿਹਾ ਕਿ ਬਠਿੰਡੇ ਤੋਂ ਲੜਨੀ ਤਾਂ 100% ਲੜੂਗਾ ਮੈਂ ਇਲੈਕਸ਼ਨ ਤੇ ਜੇ ਫਿਰੋਜ਼ਪੁਰ ਜਾਂਦੇ ਨੇ ਉਹ ਫਿਰੋਜ਼ਪੁਰ ਅਸੀਂ ਆਪਣੇ ਜਿਹੜੇ ਅਲਾਈਅੰਸ ਪਾਰਟਨਰਸ ਨੇ CPI ਨੂੰ ਸੀਟ ਅਲਾਟ ਕਰ ਚੁੱਕੇ ਆ ਜੀ ਨਾਲ ਮੇਰਾ ਇਹ ਕਹਿਣਾ ਚਾਹੁੰਦਾ ਜਦੋਂ ਹਰਸਿਮਰਤ ਕੌਰ ਬਠਿੰਡੇ ਤੋਂ ਭੱਜ ਗਈ ਸਮਝ ਲਓ ਅੱਧੀ ਹਾਰ ਤਾਂ ਉਹਦੋਂ ਹੀ ਕਬੂਲ ਕਰ ਲਈ ਉਹਨਾਂ ਨੇ ਜੀ ਮਤਲਬ ਕਿ ਬਠਿੰਡੇ ਦੇ ਵਿੱਚ ਘੇਰਨ ਦਾ ਇਰਾਦਾ ਹੈ ਬਠਿੰਡੇ ਤੋਂ ਬਾਹਰ ਜੇ ਉਹ ਜਾਂਦੇ ਨੇ ਤੇ ਫਿਰ ਉਹਨਾਂ ਦਾ ਜਾਣਾ ਹੀ ਤੁਹਾਡੇ ਲਈ ਵੱਡੀ ਪ੍ਰਾਪਤੀ ਤੁਸੀਂ ਮੰਨਦੇ ਹੋ ਦੇਖੋ ਜਿਹੜਾ ਆਦਮੀ ਆਪਣੀ ਸੀਟ ਛੱਡ ਕੇ ਜਾਂਦਾ ਜਿਹੜਾ ਚੀਫ ਮਿਨਿਸਟਰ ਦਾ ਪਰਿਵਾਰ ਹੈ ਪੰਜ ਵਾਰ ਚੀਫ ਮਿਨਿਸਟਰ ਰਹੇ ਕੈਬਨਿਟ ਮਿਨਿਸਟਰ ਰਹੇ ਉਹਨਾਂ ਨੂੰ ਆਪਣੇ ਲੋਕਾਂ ਦੇ ਭਰੋਸਾ ਨਹੀਂਗਾ ਇੱਥੋਂ ਪਤਾ ਲੱਗ ਗਿਆ ਉਹ ਕਿਉਂ ਉਹਨਾਂ ਦੇ ਦਿਲ ਵਿੱਚ ਅੰਦਰ ਕੌਨਫੀਡੈਂਸ ਨਹੀਂ ਹੈਗਾ ਤੋ ਹਾਰ ਤਾਂ ਪਹਿਲਾਂ ਹੀ ਨੈਤਿਕ ਹੋ ਗਈ ਜੀ ਬਾਕੀ ਰਹਿਣ ਦੀ ਖੁੰਦੀ ਗੱਲ ਜਿਹੜੀ ਫਿਰੋਜ਼ਪੁਰ ਵਾਲੀ ਉਹ ਵੀ ਅਸੀਂ ਚਰਚਾ ਕਰ ਲਾਂਗੇ ਜੀ ਤੇ ਇੱਕ ਕੱਲ ਅਕਾਲੀਆਂ ਦੀ ਰੈਲੀ ਦੇ ਵਿੱਚ दारू ਵਾਵਾ ਵਰਤੀ ਕਹ ਤਾਂ ਯੋ ਮੈਂ ਕਹਾਂ ਨਾ ਕਿ ਸਿੱਖ ਤੇ ਪੰਥਕ ਵੋਟਰਜ਼ ਇਹਨਾਂ ਤੋਂ ਨਾਰਾਜ਼ ਨੇ ਦੇਖੋ ਖਡੂਰ ਸਾਹਿਬ ਵਰਗੀ ਧਰਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਚਰਨ ਛੋਹ ਧਰਤੀ ਉੱਥੇ ਸ਼ਰਾਬ ਪਲਾਉਂਦੇ ਨੇ ਅਖਾਲੀ ਸ਼ਰਮ ਨਹੀਂ ਆਉਂਦੀ ਐ ਇਸ ਜਗੀਰਕੋੜ ਨੂੰ ਤੇ ਸੁਖਵੀਰ ਬਾਦਲ ਨੂੰ ਚੋਣ ਕਮਿਸ਼ਨ ਨੇ ਤਾਂ ਜਿਹੜਾ ਐਕਸ਼ਨ ਲੈਣਾ ਲੈਣਾ ਹੈ ਇਹਨਾਂ ਨੂੰ ਪਹਿਲਾਂ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਐ ਔਰ ਇੱਥੋਂ ਹੋਰ ਪੜਦਾ ਫਾਸ਼ ਹੋ ਗਿਆ ਕਿ ਜਿਹੜੇ ਇਕੱਠ ਕਰ ਰਿਹਾ ਸੁਖਵੀਰ ਸਿੰਘ ਬਾਦਲ ਉਹ ਸ਼ਰਾਬ ਦੀਆਂ ਪੇਟੀਆਂ ਪੈਸੇ ਤੇ ਇਹਨਾਂ ਦੀਆਂ ਬੱਸਾਂ ਦੇ ਆਧਾਰ ਦੇ ਉੱਤੇ ਇਕੱਠ ਹੋ ਰਹੇ ਨੇ ਇਹ ਜਿੱਦਣ ਪੇਟੀਆਂ ਬੰਦ ਹੋ ਗਈਆਂ ਮੈਨਾਂ ਨਹੀਂ ਖਿਆਲ ਇਹਨਾਂ ਦੀ ਰੈਲੀ ਵਿੱਚ ਕੋਈ ਵੀ ਪਾਇਦਾ ਆਦਮੀ ਤੁਹਾਨੂੰ ਨਜ਼ਰ ਆਵੇਗਾ ਔਰ ਇਹ ਪਹਿਲੀ ਵਾਰ ਸ਼ਰਾਬ ਨਹੀਂ ਫੜੀਗੀ ਅਕਾਲੀਆਂ ਦੀ ਤੁਹਾਨੂੰ ਯਾਦ ਆ ਚੰਡੀਗੜ੍ਹ ਰੈਲੀ ਕੀਤੀ ਸੀਗੀ ਹਲੇ ਰੈਲੀ ਬਾਅਦ ਚ ਖਤਮ ਹੋਈ ਠਿੱਕਿਆਂ ਦੇ ਉੱਤੇ ਹਮਲਾ ਇਦਾਂ ਕੀਤਾ ਇਹਨਾਂ ਦੇ ਖੋਤੀ ਜਥੇਦਾਰਾਂ ਨੇ ਮੈਂ ਸਾਰਿਆਂ ਨੂੰ ਬੁਰਾ ਨਹੀਂ ਕਹਿੰਦਾ ਲੇਕਿਨ ਜਿਹੜਾ ਸੁਖਬੀਰ ਬਾਦਲ ਦਾ ਅੱਜ ਦੀ ਡੇਟ ਵਿੱਚ ਪਨੀਰੀ ਆਨੇ ਅਕਾਲੀ ਨਹੀਂਗੇ ਇਹ ਗੈਂਗਸਟਰ ਐ ਸਾਰੇ ਇਹ ਸਾਰਿਆਂ ਦੇ ਉੱਤੇ ਇਹਨਾਂ ਨੇ ਕੋਈ ਨਾ ਕੋਈ ਕਮਾਈ ਕੀਤੀ ਐ ਸੁਖਬੀਰ ਬਾਦਲ ਦੇ ਰਾਹੀਂ ਉਹੀ ਬੰਦੇ ਦੁਬਾਰਾ ਦੁਬਾਰਾ ਬੰਦੇ ਢੋ ਕੇ ਇਕੱਠੇ ਕਰਦੇ ਨੇ ਔਰ ਜਿੱਦਾਂ ਜਿਸ ਢੰਗ ਦੇ ਉਹਦੇ ਲਈ ਸੁਖਬੀਰ ਬਾਦਲ ਨੂੰ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਸੁਖਬੀਰ ਬਾਦਲ ਹੋਰਾਂ ਦੀ ਇੱਕ ਇਹ ਵੀ ਗੱਲ ਨਿਕਲ ਕੇ ਆਈ ਹੈ ਕੱਲ ਦੀ ਮੀਟਿੰਗ ਤੋਂ ਬਾਅਦ ਕਿ ਉਹਨਾਂ ਦੀ ਪਾਰਟੀ ਜਿਹੜੀ ਹੈ 1 ਕਰੋੜ ਦੇ ਘਾਟੇ ਦੇ ਵਿੱਚ ਚੱਲ ਰਹੀ ਹੈ ਤੇ ਹੁਣ ਸੇਵਾ ਲਾ ਦਿੱਤੀ ਗਈ ਹੈ ਬਾਕੀ ਆਗੂਆਂ ਨੂੰ ਦੇਖੋ ਸੁਖਬੀਰ ਸਿੰਘ ਬਾਦਲ ਕੋ ਇੰਨਾ ਪੈਸਾ ਵਾ ਇੰਨਾ ਪੈਸਾ ਵਾ ਇੰਨਾ ਪੈਸਾ ਵਾ ਕਿ ਕੱਲੇ ਪੰਜਾਬ ਸਰਕਾਰ ਦਾ ਕਰਜ਼ਾ ਲਾ ਸਕਦੇ ਇਹ ਜਿਹੜਾ ਦਿਖਾਉਂਦੇ ਨੇ ਨਾ ਕਿ ਪਾਰਟੀ ਕੋ ਪੈਸਾ ਹੈ ਨਹੀਂ ਇਹ ਸਿਰਫ ਦਿਖਾਵਾ ਵਾ ਕਿਉਂਕਿ ਪੈਸਾ ਤਾਂ ਪਾਰਟੀ ਦੇ ਅਕਾਊਂਟ ਵਿੱਚ ਨਹੀਂ ਗਿਆ ਪਰ ਜਿਹੜਾ ਇਹਨਾਂ ਦੇ ਅਕਾਊਂਟਾਂ ਵਿੱਚ ਆਇਆ ਜਿਹੜੇ 7 ਸਟਾਰ ਹੋਟਲ ਬਣੇ ਬੱਸਾਂ ਬਣੀਆਂ ਇਹ ਤਾਂ ਜੇ ਚਾਹਣ ਤੇ ਇਕੱਲੇ ਕੱਲਾ ਬਾਦਲ ਦਾ ਪਰਿਵਾਰ ਕੁੱਲ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਲੈ ਸਕਦਾ ਐਨਾ ਪੈਸਾ ਇਹਨਾਂ ਦੇ ਕੋਲ ਇਹ ਸਾਰਾ ਦਿਖਾਵਾ ਹੁੰਦਾ ਕਿ ਪਾਰਟੀ ਦੇ ਵਿੱਚ ਕੋਈ ਅਕਾਊਂਟ ਨਹੀਂਗਾ ਮਤਲਬ ਹੁਣ ਹੋਰ ਪੈਸਾ ਇਕੱਠਾ ਕਰਨਾ ਚਾਹੁੰਦੇ ਨੇ ਜੀ ਜੀ ਧੰਨਵਾਦ ਦਾ ਸ਼ੁਕਰੀਆ ਸੋ ਇਹ ਸੰ ਸੁਖਪਾਲ ਖੈਰਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਪੱਖ ਦੇ ਵਿੱਚ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਹੈ ਬੀਬੀ ਜਗੀਰ ਕੌਰ ਦੀ ਜ਼ਮਾਨਤ ਜਿਹੜੀ ਆ ਉਹ ਜ਼ਬਤ ਹੋ ਜਾਏਗੀ ਔਰ ਨਾਲ ਦੀ ਨਾਲ ਹੋਰ ਬਹੁਤ ਸਾਰੇ ਨੁਕਤਿਆਂ ਦੇ ਉੱਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਕੈਮਰਾਮੈਨ ਰਵੀ ਦੇ ਨਾਲ ਜਸਵੀਰ ਟੀਵੀ ਪੰਜਾਬ ਜਲੰਧਰ